ਭਾਈ ਜੀ, ਕੀ ਹਾਲ ਚਾਲ ਹੈ? ਬੱਲੇ ਬੱਲੇ ਆ, ਐਤਵਾਰ ਸੀ ਅੱਜ। ਵੈਸੇ ਤਾਂ ਮੇਰਾ ਮੂਡ ਜਾ ਨਹੀਂ ਸੀ ਅੱਜ, ਮੈਂ ਚੱਲ ਅੱਜ ਗੈਪ ਪਾਉਂਦੇ ਐਤਵਾਰ ਦਾ, ਫਿਰ ਮੰਜਾ ਬਣ ਗਿਆ। ਅੱਜ ਦੀ ਜਿਹੜੀ ਵੀਡੀਓ ਆ ਨਾ, ਇਹ ਕੋਈ ਕੋਈ ਇਹ 'ਚ ਇਨਫੋਰਮੇਸ਼ਨ ਨਹੀਂ, ਕੋਈ ਹੋਰ ਗੱਲਬਾਤ ਨਹੀਂ। ਇਹ ਇਨਫੋਰਮੇਸ਼ਨ ਮੈਂ ਥੋਤੋਂ ਲੈਣੀ ਆ, ਰਿਵਿਊ ਜਾਣਨਾ ਥੋਤੋਂ। ਇਹਦੇ ਬਾਰੇ 'ਚ ਮੈਨੂੰ ਅੱਜ ਕੁਛ ਨਹੀਂ ਪਤਾ, ਮੈਂ ਤੁਹਾਨੂੰ ਕੁਛ ਨਹੀਂ ਦੱਸ ਰਿਹਾ। ਮੈਂ ਲੋਕਾਂ ਦਾ ਦੀ ਰਾਏ ਲੈਣਾ ਚਾਹੁੰਦਾ ਕਿ ਮਤਲਬ ਕਿ ਤੁਹਾਡੇ ਵਿਚਾਰ ਨੇ, ਕੀ ਰਿਵਿਊ ਨੇ, ਕੀ ਤੁਹਾਡੀ ਓਪੀਨੀਅਨ ਆ ਇਹਦੇ 'ਤੇ। ਮੈਨੂੰ ਪਹਿਲਾਂ ਆਉਂਦੇ ਸੀ ਫੋਨ ਕਾਫੀ ਸਾਰੇ, ਮਤਲਬ ਘੱਟ ਤਾਦਾਦ 'ਚ ਸੀ ਪਿਛਲੇ ਡੇਢ ਤੋਂ ਦੋ ਮਹੀਨੇ ਦੇ। ਟੈਲੀਫੋਨ, ਵਟਸਐਪ 'ਤੇ ਵੀਡੀਓਜ਼, ਵੋਇਸ ਨੋਟਸ 40-50% ਵੱਧ ਗਏ, ਜਿਹਦੇ 'ਚ ਕਿਹਾ ਜਾਂਦਾ ਵੀ ਬਾਈ ਜੌਂਡੀਅਰ 54.5 ਨਾ ਲਿਓ। ਜੌਂਡੀਅਰ 54.5 ਕੋਈ ਕਹਿੰਦਾ 10 ਖਾਂਦਾ, ਕੋਈ ਕਹਿੰਦਾ ਇਹ ਸੁਪਰ ਸੀਟਰ 'ਤੇ 15 ਖਾ ਗਿਆ, ਕੋਈ ਕਹਿੰਦਾ ਅਸੀਂ ਚਲਾ ਕੇ ਦੇਖਿਆ 11 ਖਾ ਗਿਆ, ਕੋਈ 13 ਖਾ ਗਿਆ, ਕੋਈ ਕਹਿੰਦਾ ਸੜਕ 'ਤੇ 9 ਖਾ ਗਿਆ, ਕੋਈ ਕਹਿੰਦਾ 6-7 ਘੰਟੇ ਨਾਲ ਟੈਂਕੀ 6-7 ਘੰਟੇ ਹੀ ਲਾਉਂਦਾ ਟੈਂਕ ਨਾਲ। ਮੈਂ ਸਾਰੇ ਵੀਰਾਂ ਨੂੰ ਜਿਹੜੇ ਜੌਂਡੀਅਰ ਜਿਹਨਾਂ ਕੋਲ 5405 ਇੱਕ ਸਪੈਸੀਫਿਕ ਟਰੈਕਟਰ ਦੀ ਗੱਲ ਕਰਦਾ, 5405 ਦੀ ਇਕੱਲੇ ਦੀ, ਜਿਹਨਾਂ ਕੋਲ 5405 ਹੈਗੇ ਆ ਜਾਂ ਜਿਹੜੇ ਚਲਾ ਰਹੇ ਨੇ, ਉਹ ਵੀਰ ਬਣ ਕੇ ਸਾਰੇ ਥੱਲੇ ਇਸ ਵੀਡੀਓ ਦੇ ਕਮੈਂਟ ਕਰ ਦਿਓ। ਹਰੇਕ ਇੰਪਲੀਮੈਂਟ 'ਤੇ ਆਪਣਾ ਆਪਣਾ ਐਕਸਪੀਰੀਅੰਸ ਜ਼ਰੂਰ ਸਾਂਝਾ ਕਰੋ, ਹਲਾਂ 'ਤੇ, ਹੈਰੋਂ 'ਤੇ, ਸੜਕ 'ਤੇ, ਰੋਟਾਵੇਟਰ 'ਤੇ, ਸੁਪਰ ਸੀਡਰ 'ਤੇ, ਕਿੰਨਾ ਤੇਲ ਖਾਧਾ, ਕੀ ਇਹ ਵਾਕਿਆ ਹੀ ਤੇਲ ਇੰਨਾ ਖਾ ਰਿਹਾ। ਧੂੰਏ ਦੀ ਸਮੱਸਿਆ ਕਹਿੰਦੇ ਆ, ਚਲੋ ਮੈਂ ਕੋਈ ਵੱਡੀ ਗੱਲ ਨਹੀਂ ਮੰਨਦਾ, ਮੈਂ ਕੋਈ ਦੁੱਖੀ ਨਹੀਂ, ਨਾ ਮੈਂ ਕੋਈ ਤਵਾ ਲਾਉਣਾ। ਮੇਰੇ ਕੋਲ ਬਹੁਤ ਕਹਿੰਦੇ ਨੇ ਬਾਈ ਤੂੰ ਵੀਡੀਓ ਪਾ ਇਹਦੇ 'ਤੇ, ਤੂੰ ਕਿਉਂ ਨਹੀਂ ਪਾਉਂਦਾ? ਮੈਂ ਕਿਸੇ ਦੀ ਬਦਗੋਈ ਨਹੀਂ ਕਰਨਾ ਚਾਹੁੰਦਾ, ਮੈਂ ਤੁਹਾਡੀ ਰਾਏ ਜਾਣਨਾ ਚਾਹੁੰਦਾ। ਜਿਹੇ ਜਿਹੇ ਕਮੈਂਟ ਆਉਣਗੇ ਮੈਂ ਉਹਦੇ ਆਧਾਰ 'ਤੇ ਵੀਡੀਓ ਜ਼ਰੂਰ ਪਾ ਦੂੰਗਾ ਵੀ ਆਹ ਬਾਈ ਨੇ, ਉਹ ਕਮੈਂਟਾਂ ਦੇ ਬਿਹਾਫ 'ਤੇ ਮੈਂ ਸਾਰਿਆਂ ਨੂੰ ਦੱਸੂੰਗਾ ਵੀ ਆਹ ਬਾਈ ਦਾ ਐਕਸਪੀਰੀਅੰਸ ਆਇਆ। ਮੈਂ ਆਪਦੇ ਵੱਲੋਂ ਕੱਖ ਨਹੀਂ ਕਹਿਣਾ, ਵੀਰ ਬਣ ਕੇ ਜਿਹੜੇ ਐਕਸਪਰਟ ਬੰਦੇ ਨੇ, ਜਿਹੜੇ ਵਾਕਈ ਤੇਲ ਨੂੰ ਗਿਣਦੇ ਨੇ, ਜਿਹੜੇ ਤੇਲ ਦਾ ਡੀਜ਼ਲ ਦਾ ਹਿਸਾਬ ਕਿਤਾਬ ਕੱਢਦੇ ਨੇ, ਜਿਹੜੇ ਸੁਹਿਰਦ ਜ਼ਿਮੀਂਦਾਰ ਨੇ, ਜਿਹੜੇ ਕਿਸੇ ਬ੍ਰਾਂਡ ਪਿੱਛੇ ਨਹੀਂ ਲੱਗਦੇ, ਕਿਸੇ ਨਾਂ ਪਿੱਛੇ ਨਹੀਂ ਲੜਦੇ, ਨਾ ਆਪਣਾ ਇਹ ਕੋਈ, ਨਾ ਆਪਣਾ ਜੌਂਡੀਅਰ ਆ, ਨਾ ਕੋਈ ਆਪਣਾ ਸਵਰਾਜ ਆ, ਨਾ ਮਹਿੰਦਰ ਆ, ਨਾ ਫਾਰਮ ਟਰੈਕ ਆ, ਇਹ ਕੰਪਨੀ ਵਾਲਿਆਂ ਦੇ ਟਰੈਕਟਰ ਨੇ। ਆਪਣਾ ਮੁੱਦਾ ਸਿਰਫ ਖੇਤੀ ਨੂੰ ਪ੍ਰੋਫਿਟੇਬਲ ਬਣਾਉਣਾ ਹੈ ਕਿ ਯਾਰ ਕਿਉਂ ਕਿਸੇ ਦੀ ਜੇਬ ਪੱਟੇ? ਜੇ ਇੰਨਾ ਇੰਨਾ ਟਰੈਕਟਰ ਤੇਲ ਖਾਊਗਾ, ਜ਼ਿਮੀਂਦਾਰ ਬਚਾਊਗਾ ਕੀ? ਫਿਰ ਉੱਥੇ ਮੈਂ ਇੱਥੋਂ ਬੋਲਿਆ ਜਾਂਦਾ, ਮੇਰੇ ਤੋਂ ਕਿਹਾ ਕੁਆ ਜਾਂਦਾ। ਸੋ ਸਾਰੇ ਵੀਰਾਂ ਨੂੰ ਬੇਨਤੀ ਆ, 5405 ਵਾਲਿਆਂ ਨੂੰ, ਆਪਦਾ ਐਕਸਪੀਰੀਅੰਸ, ਵੀਰ ਬਣ ਕੇ ਕਿਸੇ 'ਤੇ ਤਵਾ ਨਹੀਂ ਲਾਉਣਾ, ਕੋਈ ਗਲਤ ਗੱਲ ਨਹੀਂ ਕਰਨੀ, ਕੋਈ ਮਾੜਾ ਕਮੈਂਟ ਨਹੀਂ ਕਰਨਾ, ਕਿੰਨੇ ਬੁਰਾ ਡੁਰਾ ਨਹੀਂ ਵੀਰ ਬਣ ਕੇ ਕਰਨੀ। ਜੋ ਆਂਕੜੇ ਨੇ, ਜੋ ਤੁਸੀਂ ਉਹਦਾ ਨਤੀਜਾ ਕੱਢਿਆ, ਉਹ ਬਸ ਥੱਲੇ ਲਿਖ ਦਿਓ ਵੀ ਇੰਨੇ ਟਾਈਮ 'ਚ ਇੰਨੇ ਘੰਟੇ ਅਸੀਂ ਇੱਥੇ ਚਲਾਇਆ, ਆਹ ਖਾਧਾ, ਰੋਡ 'ਤੇ ਆ, ਸਹੀ ਸਾਰਾ ਤੇਲ ਦਾ ਵੀਰ ਬਣ ਕੇ ਇਮਾਨਦਾਰੀ ਦੇ ਨਾਲ ਤੁਸੀਂ ਥੱਲੇ ਸਾਰਾ ਲਿਖਣਾ। ਅਤੇ ਦੂਜੀ ਗੱਲ ਹੋਰ ਕੀ ਕਹਿਣੀ ਸੀ, ਹੋਰ ਕੋਈ ਆਪਣਾ ਰਾਜ ਰੌਲਾ ਨਹੀਂ ਕਿਸੇ ਨਾਲ, ਸਾਰੇ ਸਹੀ ਅੰਕੜੇ ਤੁਸੀਂ ਲਿਖਣੇ ਨੇ। ਯਾਰ ਦੂਜੀ ਗੱਲ ਇੱਕ ਹੋਰ ਸੱਚ ਮੈਂ ਭੁੱਲ ਗਿਆ ਸੀ ਐਡ ਆਨ ਕਰਦਾ, ਜੇ 5405 ਦੀ ਤੁਸੀਂ ਜਿਹੜੀ ਇੱਕ ਹੋਰ ਹੈ, ਮੈਨੂੰ ਐਂ ਪੁੱਛੀ ਜਾਂਦੇ ਨੇ ਬਾਈ ਇਹਦੀ ਪੰਪ ਦੀ ਸੈਟਿੰਗ ਕਰਾਉਣੀ ਆ, ਡੀਜ਼ਲ ਕਿਵੇਂ ਘਟੂਗਾ, ਜ਼ੋਰ ਕਿਵੇਂ ਵਧੂ, ਜੇ ਕਿਸੇ ਸੱਜਣ ਮਿੱਤਰ ਕੋਲ ਇਹ ਐਕਸਪੀਰੀਅੰਸ ਵੀ ਹੈਗਾ ਕਿ ਉਹਨੇ ਪੰਪ ਦੀ ਸੈਟਿੰਗ ਕਰਾ ਕੇ ਡੀਜ਼ਲ ਦਾ ਖਰਚਾ ਘਟਾ ਲਿਆ, ਧੂੰਆਂ ਹਟ ਗਿਆ ਅਤੇ ਟਰੈਕਟਰ ਜ਼ੋਰ ਵੱਧ ਗਿਆ, ਉਹ ਵੀ ਵੀਰ ਬਣ ਕੇ ਮੈਨੂੰ ਦੱਸੋ। ਜ਼ੋਰ ਤਾਂ ਮੈਨੂੰ 5405 ਦਾ ਕਿਸੇ ਨੇ ਨਹੀਂ ਕਿਹਾ ਕਿ ਜ਼ੋਰ ਘੱਟ ਮਾਰਦਾ, ਕਹਿੰਦਾ ਜ਼ੋਰ ਬਥੇਰਾ, ਤੇਲ ਦੀ ਕੰਜ਼ੰਪਸ਼ਨ ਨਜਾਇਜ਼ ਦੱਸੀ ਜਾ ਰਹੀ ਆ।
ਤੇ ਵੀਰ ਬਣ ਕੇ ਦੋ ਚੀਜ਼ਾਂ ਮੈਨੂੰ ਤੁਸੀਂ ਦੱਸਣੀਆਂ ਨੇ ਥੱਲੇ ਇਮਾਨਦਾਰੀ ਨਾਲ ਪਿਆਰ ਸਤਿਕਾਰ ਨਾਲ ਕਮੈਂਟ ਕਰ ਦਿਓ ਕਿ ਬਾਈ ਇੰਨਾ 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 ਤੇ ਇਹਨੇ ਸਾਡੇ ਕੋਲ ਅੰਕੜੇ ਕੱਢੇ ਨੇ। ਜਿਹੜੇ ਚੰਗੇ ਪਰਿਵਾਰਾਂ ਦੇ ਬੰਦੇ ਨੇ ਉਹ ਚੰਗੇ ਹੀ ਕਮੈਂਟ ਕਰਦੇ ਹੁੰਦੇ ਨੇ ਆਲਵੇਜ਼, ਮੈਂ ਦੇਖਿਆ ਹੀ ਆ ਉਹ ਬੰਦਿਆਂ ਨਾਲ ਗੱਲਾਂ ਕੀਤੀਆਂ ਨੇ, ਫੈਮਲੀਆਂ ਦਾ ਫਰਕ ਹੁੰਦਾ। ਗਲਤ ਬਾਤ ਕਿਸੇ 'ਤੇ ਨਹੀਂ ਕਰਨੀ, ਨਾ ਜੌਂਡੀਅਰ 'ਤੇ ਤਵਾ ਲਾਉਣਾ ਨਾ ਕਿਸੇ ਹੋਰ 'ਤੇ ਲਾਉਣਾ। ਅੱਜ ਦੀ ਵੀਡੀਓ ਇੰਨੀ ਹੋ ਆ, ਮੈਨੂੰ ਸਾਰੇ ਪਲੀਜ਼ ਅੰਕੜੇ ਦਿਓ ਤਾਂ ਕਿ ਇਹਦੇ 'ਤੇ ਕੋਈ ਗੱਲ ਕਰੀਏ ਵੀ ਕੀ ਚੱਕਰ। ਠੀਕ ਆ ਜੀ, ਸੋ ਬਹੁਤ ਬਹੁਤ ਧੰਨਵਾਦ। ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ, ਮਿਹਰ ਕਰੇ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਥੈਂਕ ਯੂ।